ਹੁੰਦੇ ਆ? ਤਕਰੀਬਨ 12 ਜਾਂਦੇ ਜੀ, ਤੇ ਮੌਸਮ ਤੱਕ ਡਿਪੈਂਡ ਕਰਦੇ ਨੇ ਜੀ। ਅੱਛਾ, 10 ਮਹੀਨਾ ਖਤਮ ਹੋਣਾ 11। ਹਾਂ, ਮੋਟਰਸਾਈਕਲ ਟੂਰਿਸਟ ਜੀ। ਹਾਂ, ਮੋਟਰਸਾਈਕਲ ਫੋਟੋ ਲੈ ਕੇ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਵਾਲੇਕੁਮ, ਮੈਂ ਹਾਂ ਮੁਬਸ਼ਰ ਚਿਸ਼ਤੀ, ਤੁਸੀਂ ਦੇਖ ਰਹੇ ਹੋ ਮੈਨੂੰ ਮੇਰੇ ਯੂਟਿਊਬ ਚੈਨਲ 'ਤੇ। ਉਮੀਦ ਕਰਨਾ ਤੁਸੀਂ ਸਭ ਠੀਕ ਹੋਵੋਗੇ, ਅਤੇ ਅਲਹਮਦੁਲਿਲਾ ਮੈਂ ਵੀ ਬਿਲਕੁਲ ਠੀਕ ਹਾਂ। ਅਤੇ ਅੱਲਾਹ ਦਾ ਨਾਮ ਲੈ ਕੇ ਅੱਜ ਦੀ ਨਵੀਂ ਮਜ਼ੇਦਾਰ ਵੀਡੀਓ ਦਾ ਆਗਾਜ਼ ਕਰ ਰਹੇ। ਸਭ ਤੋਂ ਪਹਿਲੇ ਤਾਂ ਗੁੱਡ ਮਾਰਨਿੰਗ, ਸੁਬਾਹ ਬਖੈਰ, ਮਾਸ਼ਾਅੱਲਾ ਸੁਬਾਹ ਹੋ ਗਈ ਹੈ। ਜਿਵੇਂ ਕਿ ਤੁਸੀਂ ਪਿਛਲੇ ਵਲੋਗ 'ਚ ਵੇਖਿਆ, ਅਸੀਂ ਰਾਤ ਇੱਥੇ ਕਾਗਾਨ ਰੁਕੇ ਹੋਏ ਸੀ, ਅਤੇ ਅੱਜ ਅਸੀਂ ਇਨਸ਼ਾਅੱਲਾ ਕਿ ਨਰਾਣਾ ਵਾਲੀ ਸਾਈਡ 'ਤੇ ਨਿਕਲਣਾ। ਸਭ ਤੋਂ ਪਹਿਲੇ ਮੈਂ ਤੁਹਾਨੂੰ ਆਪਣੇ ਕਮਰੇ ਦਾ ਜਿਹੜਾ ਬਾਰ ਵਿਊ ਹੈਗਾ, ਮੈਂ ਉਹ ਦਿਖਾਉਣਾ। ਤੁਸੀਂ ਆਹ ਵਿਊ ਵੇਖੋ, ਮਾਸ਼ਾਅੱਲਾ, ਆਹ ਤੁਸੀਂ ਵਿਊ ਚੈੱਕ ਕਰੋ ਜੀ ਸਾਡੇ ਕਮਰੇ ਦਾ, ਬਹੁਤ ਹੀ ਖੂਬਸੂਰਤ ਵਿਊ। ਬਿਲਕੁਲ ਬਾਲਕਨੀ ਦੇ ਸਾਹਮਣੇ ਖੂਬਸੂਰਤ ਵੱਡਾ ਸਾਰਾ ਪਹਾੜ ਹੈ, ਪਹਾੜਾਂ ਦੇ ਉਹ ਉੱਤੇ ਸਾਹਮਣੇ ਧੁੱਪ ਨਿਕਲੀ ਹੋਈ ਹੈ, ਨਾਲ ਹੀ ਇੱਥੇ ਦਰਿਆ ਕੰਧਾਰ ਬਹਿ ਰਿਹਾ ਹੈ। ਇੱਧਰ ਉਹਨਾਂ ਨੇ ਜਗ੍ਹਾ ਦਿੱਤੀ ਬਵਨ ਬੁਵਨ ਵਾਸਤੇ। ਆਹ ਸਾਡੇ ਕਮਰੇ, ਬਹੁਤ ਹੀ ਖੂਬਸੂਰਤ ਵਿਊ ਮਾਸ਼ਾਅੱਲਾ। ਆਹ ਸਾਹਮਣੇ ਸਾਡਾ ਕਮਰਾ ਹੈ ਜੀ, ਇੱਕ ਆਹ ਖੂਬਸੂਰਤ ਜਿਹਾ ਪਹਾੜ ਮਾਸ਼ਾਅੱਲਾ, ਅਤੇ ਇੱਧਰ ਸਾਹਮਣੇ ਸਾਰੇ ਪਹਾੜਾਂ 'ਤੇ ਬਰਫ਼ ਪਈ ਹੋਈ ਹੈ। ਬਹੁਤ ਹੀ ਠੰਡ ਹੈਗੀ ਇੱਥੇ, ਬਹੁਤ ਜ਼ਿਆਦਾ ਠੰਡ ਹੈ ਜੀ। ਟੈਂਪਰੇਚਰ ਇਸ ਟਾਈਮ ਤਕਰੀਬਨ 14 'ਤੇ ਹੈਗਾ ਜੀ। ਅਲਹਮਦੁਲਿਲਾ, ਤਿਆਰੀ ਤੁਰੀ ਕਰ ਲਈ, ਫਰੈਸ਼ ਹੋ ਗਏ, ਠੰਡ ਬਹੁਤ ਜਿੰਨੀ ਹੋਈ ਤਾਂ ਮੈਂ ਜੈਕਟ ਪਾ ਲਈ, ਅਤੇ ਅੱਜ ਲੁੱਕ ਵੀ ਥੋੜ੍ਹੀ ਮੈਂ ਸ਼ਹਿਰੀਆਂ ਲਈ ਕਰ ਲਈ ਹੈ। ਦੇਖੋ ਹੁਣ ਕਿਹੀ ਲੱਗਦੀ, ਪਹਿਲੀ ਵਾਰੀ ਪਾਈਏ, ਮਜ਼ਾ ਨਹੀਂ ਆ ਰਿਹਾ ਹੈ। ਉਹ ਸਾਹਮਣੇ ਜੀ ਤੁਸੀਂ ਦੇਖੋ, ਆ ਸਾਰੀ ਪਹਾੜਾਂ ਤੇ ਬਰਫ਼ ਪਈ। ਸੁਬਾਹ ਨਾਲ ਠੰਡੇ ਮੌਸਮ ਚ ਚਾਹ ਪੀਵਣ ਦਾ ਪਨੀ ਮੌਸਮ, ਗਰਮ ਗਰਮ ਚਾਹ ਦੇ, ਠੰਡਾ ਠੰਡਾ ਮੌਸਮ, ਖੂਬਸੂਰਤ ਮੰਜ਼ਰ। ਜੀ ਅਸੀਂ ਇਸ ਖੂਬਸੂਰਤ ਮੰਜ਼ਰ ਨੂੰ ਅਲਵਿਦਾ ਕਰ ਰਹੇ ਹਾਂ, ਕਿਉਂਕਿ ਅਸੀਂ ਜਾ ਰਿਹਾ ਹੈਗਾ ਨਰਾਣ ਵਾਲੀ ਸਾਈਡ 'ਤੇ, ਅਤੇ ਜਾ ਰਹੇ ਹਾਂ ਜੀ ਹੁਣ ਮਾਸ਼ਾਅੱਲਾ। ਆਹ ਦਰਵਾਜ਼ਾ ਬੰਦ, ਅਤੇ ਇਹ ਖੂਬਸੂਰਤ ਕਮਰੇ ਨੂੰ ਵੀ ਅਸੀਂ ਚੈੱਕਆਊਟ ਕਰ ਲਿਆ। ਠੀਕ ਹੈ ਜੀ, ਚਾਬੀ ਦੇਣੇ ਜੀ ਚਾਹ 'ਤੇ ਮਾਲਕਾਂ ਨੂੰ, ਹੋਟਲ ਦੀ ਓਨਰ ਨੂੰ। ਗੱਡੀ ਸਾਡੀ ਰੈਡੀ ਹੈ, ਅਤੇ ਚੱਲਦੇ ਹਾਂ ਜੀ ਇਨਸ਼ਾਅੱਲਾ ਅੱਗੇ। ਅਰੇ ਤੂੰ ਜਾ ਰਹੀ? ਗੱਡੀ ਬਾਹਰ ਕੱਢ ਲਿਓ ਜੀ ਇਸ ਖੂਬਸੂਰਤ ਜੇ ਹੋਟਲ ਤੋਂ, ਮਿਲਣੇ ਤੁਹਾਨੂੰ ਹੋਗਾ ਨਾਰਾਣ ਦੇ ਰਸਤੇ 'ਚ। ਨਾਰਾਣ ਵਾਲੀ ਸਾਈਡ 'ਤੇ ਸਾਡਾ ਸਫ਼ਰ ਜਾਰੀ ਹੈ ਜੀ। ਰਸਤੇ ਵਿੱਚ ਤੁਸੀਂ ਆਹ ਖੂਬਸੂਰਤ ਜੇ ਮੰਜ਼ਰ ਵੇਖੋ, ਆਹ ਖੂਬਸੂਰਤ ਹਰੇ ਭਰੇ ਪਹਾੜ ਵੇਖ ਕੇ ਦਿਲ ਨੂੰ ਯਕੀਨ ਕਰੋ ਸਕੂਨ ਮਿਲ ਗਿਆ ਮਾਸ਼ਾਅੱਲਾ। ਇੱਥੇ ਜੀ ਅੱਗੇ ਇੱਕ ਟਨਲ ਆ ਰਹੀ ਹੈ, ਆਹ ਉਹਦਾ ਨਾਮ ਹੈਗਾ ਸੁੱਕੀ ਕਿਨਾਰੀ ਟਨਲ, ਉਹ ਵੀ ਮੈਂ ਤੁਹਾਨੂੰ ਦਿਖਾਉਣਾ। ਇਹ ਨਾਰਾਣ ਦੇ ਰਸਤੇ ਵਿੱਚ ਖੂਬਸੂਰਤ ਜੀ ਟਨਲ ਹੈ। ਠੀਕ ਹੈ ਜੀ, ਆਹ ਦੇਖੋ ਜੀ ਅਸੀਂ ਟਨਲ ਦੇ ਅੰਦਰੋਂ ਗੁਜ਼ਰ ਰਹੇ ਹਾਂ। ਬਹੁਤ ਖੂਬਸੂਰਤ ਸਿਸਟਮ ਬਣਾਇਆ ਹੈ ਜੀ, ਪਹਾੜ ਕਾਠ ਦੇ ਵਿੱਚੋਂ ਦੀ ਟਨਲ ਬਣਾ ਦਿੱਤੀ ਨੇ। ਕਿਆ ਬਾਤ ਹੈ ਜੀ, ਦੁਨੀਆ ਕਿੱਥੇ ਦੀ ਕਿੱਥੇ ਪੜ ਗਈ, ਅਸੀਂ ਅਜੇ ਇੱਥੇ ਹੀ ਫਿਰਨੇ। ਆਹ ਵੇਖੋ ਜੀ ਧੁੰਦ ਦੀ ਧੁੰਦ, ਪਤਾ ਨਹੀਂ ਬੱਦਲ ਆਏ ਖਲੇ ਨੇ ਥੱਲੇ ਲੈ ਕੇ। ਨਹੀਂ ਯਾਰ, ਇਹ ਤਾਂ ਗੁਰੂ ਦੁਆ ਨਿਕਲੀ ਜਾਂਦਾ, ਮੈਂ ਤਾਂ ਪਤਾ ਨਹੀਂ ਬੱਦਲ ਆ ਗਏ ਨੇ। ਮਾਰੋ ਹਮਕੋ ਮਾਰੋ। ਆ ਜੀ ਮੈਂ ਨਾ ਗਲੇਸ਼ੀਅਰ ਹੈਗਾ ਪਿਘਲ ਰਿਹਾ। ਕਿਆ ਖੂਬਸੂਰਤ ਮੰਜ਼ਰ ਹੈ, ਉਧਰੋਂ ਧੁੱਪ ਲੱਗੀ ਹੋਈ ਹੈ। ਨਹੀਂ, ਨਾਰਾਣ ਦੇ ਰਸਤੇ ਵਿੱਚ ਰੁਕੇ, ਉਹ ਪਿੱਛੇ ਗਲੇਸ਼ੀਅਰ ਹੈਗਾ ਉਹ ਉੱਥੇ ਸਾਹਮਣੇ।
ਤੁਹਾਨੂੰ ਜਾ ਕੇ ਉਹ ਵੀ ਮਾਹੌਲ ਦਿਖਾਣੇ। ਠੀਕ ਹੈ ਜੀ। ਆਹ ਤੁਸੀਂ ਵੇਖੋ ਜੀ, ਇੱਕ ਛੋਟਾ ਜਿਹਾ ਗਲੇਸ਼ੀਅਰ ਰਸਤੇ ਵਿੱਚ ਆਇਆ, ਉਹ ਪਹਾੜਾਂ 'ਤੇ ਸਾਰੀ ਬਰਫ਼ ਹੀ ਪਈ ਹੈ। ਕਿਆ ਖੂਬਸੂਰਤ ਮੰਦਰ ਹੈ, ਆਹ ਵੀ ਸਾਰੀ ਬਰਫ਼ ਪਈ ਜੇ, ਲੱਗਦਾ ਹੈ ਜਿਵੇਂ ਲੂਣ ਦੀਆਂ ਡਲੀਆਂ ਨੇ। ਆਹ ਵੇਖੋ ਜੀ ਕਿਆ ਖੂਬਸੂਰਤ ਮੰਦਰ ਹੈ। ਅੱਲਾਹ ਪਾਕ ਦੀ ਕੁਦਰਤ, ਅੱਲਾਹ ਪਾਕ ਦੇ ਰੰਗ, ਮਾਸ਼ਾ ਅੱਲਾਹ, ਸੁਭਾਨ ਅੱਲਾਹ, ਕਿਆ ਓ ਕਿੱਥੋਂ ਪਾਣੀ ਆ ਰਿਹਾ ਜੀ। ਆਪ ਸ਼ਹਿਰ ਚੱਲੀ ਖਲੀਏ, ਗਲੇਸ਼ੀਅਰ ਹੀ ਪਿਆ ਇੱਥੇ ਵੀ ਨਾਲ, ਗਲੇਸ਼ੀਅਰ ਪਿਆ ਹੈਗਾ ਨਿੱਕਾ ਜਿਹਾ। ਆਹ ਵੇਖੋ ਤੁਸੀਂ ਸਾਹਮਣੇ ਜੀ, ਸਾਹਮਣੇ ਜੀ ਨਰਾਨ ਆ ਗਿਆ। ਨਰਾਨ ਅਸੀਂ ਅਲਹਮਦੁਲਿਲਾ ਪਹੁੰਚ ਚੁੱਕੇ ਹਾਂ ਕਾਫੀ ਦੇਰ ਸਫ਼ਰ ਕਰਨ ਤੋਂ ਬਾਅਦ, ਅਤੇ ਰਸਤੇ 'ਚ ਮੁਖਤਲਿਫ ਕਿਸਮ ਦੇ ਗਲੇਸ਼ੀਅਰ ਵੇਖੇ ਨੇ ਇੱਥੇ। ਆਹ ਸਾਹਮਣੇ ਦੇਖੋ, ਆਹ ਸਾਰਾ ਨਰਾਨ ਹੈਗਾ ਜੀ। ਅੱਛਾ, ਆਹ ਵੀ ਗਲੇਸ਼ੀਅਰ ਹੈ ਜੀ, ਅਸੀਂ ਤਾਂ ਪਹਿਲੀ ਵਾਰੀ ਗਲੇਸ਼ੀਅਰ ਵੇਖਦੇ ਪਏ। ਬਹਰਹਾਲ ਕਿਆ ਬਾਤ ਹੈ, ਖੂਬਸੂਰਤ। ਹਾਂਜੀ, ਤੁਹਾਨੂੰ ਵੀ ਨਾਲ ਵਿਖਾ ਲਈਏ। ਹਾਂ ਲੈ, ਅਸੀਂ ਪਹਿਲੀ ਵਾਰੀ ਵੇਖਦੇ ਪਏ, ਨਾਲ ਤੁਸੀਂ ਵੀ ਇੰਜੋਏ ਕਰੋ। ਬਰਫ਼ਾਂ ਹੀ ਬਰਫ਼ਾਂ ਪਈਆਂ ਜੀ। ਆਹ ਸਾਰਾ ਜੀ ਨਰਾਨ ਸ਼ੁਰੂ ਹੋ ਗਿਆ ਮਾਸ਼ਾ ਅੱਲਾਹ। ਮੇਰੇ ਕੋਲ ਮੋਬਾਈਲ ਨਾ ਖੋਲ ਜਾਵੇ, ਡਰ ਗਿਆ, ਡਰ ਗਿਆ। ਤੁਸੀਂ ਬਸ ਖੂਬਸੂਰਤ ਨਜ਼ਾਰੇ ਵੇਖੋ। ਨਹੀਂ ਅਲਹਮਦੁਲਿਲਾ, ਕਾਫੀ ਦੇਰ ਸਫ਼ਰ ਕਰਨ ਤੋਂ ਬਾਅਦ ਅਸੀਂ ਨਰਾਨ ਪਹੁੰਚ ਗਏ। ਹੁਣ ਅੱਗੇ ਅਸੀਂ ਜਾਣਾ ਹੈ ਇਨਸ਼ਾਅੱਲਾ ਜੀ ਸੈਫਲ ਮਲੂ, ਉੱਥੇ ਜਾ ਕੇ ਤੁਹਾਨੂੰ ਸਾਰੇ ਨਜ਼ਾਰੇ ਦਿਖਾਣੇ। ਰਹਾ ਨਹੀਂ ਜਾਤਾ, ਤੜਪ ਹੀ ਐਸੀ ਹੈ ਨਾ। ਇੱਥੇ ਗੱਡੀ ਪਾਰਕਿੰਗ ਲਾ ਦਿੱਤੀ ਹੈਗੀ, ਅਤੇ ਆਹ ਸਾਹਮਣੇ ਰਸਤਾ ਜਿਹੜਾ ਹੈ ਜੀਲ ਸੈਫਲ ਮਲੂਕ ਨੂੰ ਜਾਂਦਾ। ਆਹ ਸਾਰਾ ਨਰਾਨ ਬਾਜ਼ਾਰ ਹੈਗਾ ਜੀ, ਕੋਈ ਇਤਨਾ ਜ਼ਿਆਦਾ ਰਸ਼ ਕੋਈ ਨਹੀਂ, ਪੁਰਸਕੂਨ ਮਾਹੌਲ ਹੈਗਾ। ਉਹ ਪਹਾੜਾਂ ਦੇ ਚੋਟੀਆਂ 'ਤੇ ਬਰਫ਼ ਪਈ ਹੈਗੀ, ਬਹੁਤ ਖੂਬਸੂਰਤ ਮੌਸਮ ਹੈਗਾ, ਠੰਡਾ ਮੌਸਮ ਹੈ। ਇੱਥੋਂ ਅੱਗੇ ਜੀ ਹੁਣ ਜੀਪਾਂ ਜਾਂਦੀਆਂ ਨੇ ਸੈਫਲ ਮਲੂਕ 'ਤੇ, ਕਿਉਂਕਿ ਗੱਡੀਆਂ ਦਾ ਵਾਸਤਾ ਰੋਕ ਨਹੀਂ ਹੈ। ਨਰਾਨ ਤੋਂ ਜੀਪ ਸੈਫਲ ਮਲੂਕ ਆਇਆ ਜੀ 13 ਕਿਲੋਮੀਟਰ। ਆਹ ਜੀਪ ਹੈਗੀ ਜਿਹਦੇ 'ਤੇ ਅਸੀਂ ਜਾਣਾ ਹੈ ਜੀ ਅੱਗੇ ਜੀਲ ਸੈਫਲ ਮਲੂਕ 'ਤੇ, ਅਤੇ ਮਜ਼ੀਦ ਰਾਹ ਵਿੱਚ ਅਸੀਂ ਤੁਹਾਨੂੰ ਸਾਰਾ ਰਸਤਾ ਮੈਂ ਦਿਖਾਉਂਦਾ ਜਾਵਾਂਗਾ। ਜੀਲ ਸੈਫਲ ਮਲੂਕ ਤਰਫ ਸਾਡਾ ਸਫ਼ਰ ਸ਼ੁਰੂ ਹੋ ਗਿਆ ਜੀ। ਆਹ ਵੇਖੋ ਜੀ, ਹੈਗਾ ਸਿਰਫ ਚੜ੍ਹਾਈ ਚੜ੍ਹਾਈ ਹੈ, ਪਤਾ ਨਹੀਂ ਕਿੰਨੇ ਸੌ ਫੁੱਟ 'ਤੇ ਜਾਣਾ ਜਾਂ ਕਿੰਨੇ ਹਜ਼ਾਰ ਫੁੱਟ 'ਤੇ। ਜੀਲ ਸੈਫਲ ਮਲੂਕ ਦੀ ਤਰਫ ਸਾਡਾ ਸਫ਼ਰ ਜਾਰੀ ਜੀ ਮਾਸ਼ਾ ਅੱਲਾਹ। ਕਿਉਂ ਜੀ ਬਜ਼ੁਰਗੋ, ਇਹ ਕਦੋਂ ਨਰਾਨ ਬੰਦ ਹੋ ਜਾਂਦਾ ਹੈ? ਨਰਾਨ ਤਕਰੀਬਨ ਬੰਦ ਹੋ ਜਾਂਦਾ ਜੀ, ਇੱਥੇ ਮੌਸਮ ਤੱਕ ਡਿਪੈਂਡ ਕਰਦੇ ਨੇ ਜੀ। ਅੱਛਾ, 10 ਮਹੀਨਾ ਖਤਮ ਹੋਣਾ, 11 ਮਹੀਨੇ ਦੀ 15 ਤਾਰੀਖ ਤੱਕ ਤਕਰੀਬਨ ਆਬਾਦੀ ਖਾਲੀ ਹੋ ਚੁੱਕੀ। ਬਿਲਕੁਲ, 11 ਮਹੀਨੇ ਦੀ 15 ਤਾਰੀਖ ਤੱਕ ਤਕਰੀਬਨ ਲੋਕ ਜ਼ਿਆਦਾ 75% ਲੋਕ ਜੁੜੇ ਨੇ, 25% ਲੋਕ ਨਹੀਂ ਜੁੜੇ। ਠੀਕ ਹੈ, ਕੋਈ ਮਕਾਮੀ ਲੋਕ ਜਿਹੜੇ ਆਟੋ ਸ਼ੋਟ ਨਾਲ ਲਿਆਉਂਦੇ ਨੇ ਜੀ। ਹਾਂਜੀ, ਫਿਰ ਬਗੈਰ ਜ਼ਿਆਦਾ ਬਰਫ਼ਬਾਰੀ ਹੁੰਦੀ ਉਹ ਲੋਕ ਵੀ ਜੁੜੇ ਨੇ, ਆਰਾਮ ਆ। ਇਸ ਦਫ਼ਾ ਕਦੋਂ ਖੁੱਲੇ ਹੈ? ਇਸ ਦਫ਼ਾ ਜੀ ਤਕਰੀਬਨ 14 ਮਈ ਕੋ ਖੁੱਲ ਗਿਆ ਸਾਰਾ। 14 ਮਈ ਕੋ? 14 ਮਈ। ਤੁਸੀਂ ਮਕਾਮੀ ਹੋ ਇੱਥੋਂ ਦੇ? ਜੀ ਜੀ, ਇਨਸ਼ਾਅੱਲਾ। ਇਹ ਕਿੰਨੀ ਕੁ ਬਰਫ਼ਬਾਰੀ ਹੁੰਦੀ ਜੀ? ਤੇ ਤੁਸੀਂ ਮੌਸਮ ਤਾਂ ਕਹਿੰਦੇ ਜੀ ਜ਼ਿਆਦਾ ਬਾਰਿਸ਼ ਹੋਏ, ਬਰਫ਼ਬਾਰੀ ਜ਼ਿਆਦਾ ਹੋਏ, 8 ਫੁੱਟ, 6 ਫੁੱਟ, 5 ਫੁੱਟ। ਅੱਛਾ, ਮੌਸਮ ਤਾਂ ਕਹਿੰਦੇ ਜੀ। ਸਹੀ, ਆਹ ਥੋੜ੍ਹੀ ਜਿਹੀ ਇਨਫੋਰਮੇਸ਼ਨ ਸੀ ਤੁਹਾਨੂੰ ਦਿੱਤੀ, ਆਹ ਥੋੜ੍ਹੀ ਜਿਹੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਨਰਾਨ ਦੇ ਬਾਰੇ, ਇਹ ਬਜ਼ੁਰਗ ਇੱਥੋਂ ਦੇ ਮਕਾਮੀ ਹੈਗੇ ਨੇ। ਅੱਛਾ,
ਇੱਕ ਤਾਂ ਖੱਡੇ ਬਹੁਤ ਨੇ ਇੱਥੇ, ਵੀਡੀਓ ਹਿੱਲ ਰਹੀ ਹੈ। ਰਸਤਾ ਵੇਖੋ ਜੀ, ਬਿਲਕੁਲ ਨਾਲ ਨਾਲ ਜਾ ਰਹੇ, ਥੱਲੇ ਖਾਈਏ, ਅੱਲਾ ਖੈਰ ਕਰੇ। ਨਹੀਂ ਸੈਫਲ ਮੁੱਲੋ ਕੀ ਬੁਲੰਦੀ ਕਿਆ ਹੈ? ਸਾਢੇ ਦਸ ਹਜ਼ਾਰ ਫੁੱਟ। ਸਹੀ ਸਹੀ। ਆਹ ਹੋਰ ਜੀਪਾਂ ਵੀ ਜਾ ਰਹੀਆਂ ਨੇ ਜੀ। ਹਾਈ ਸਾਹਿਬ ਮਾਸ਼ਾਅੱਲਾ ਬਹੁਤ ਅੱਛੇ ਇਨਸਾਨ ਨੇ, ਤੂੰ ਸਮਝਾ? ਸਾਰਾ ਆਫ ਰੋਡ ਹੈ ਜੀ। ਅੱਛਾ, ਮੈਂ ਸਿਰਫ ਤੁਹਾਡੇ ਪਿੱਛੇ ਜਾ ਰਿਹਾ ਸੈਫਲ ਮੁੱਲੋ ਤੇ, ਨਹੀਂ ਤਾਂ ਇੰਨਾ ਖਤਰਾ ਹੈਗਾ, ਮੈਂ ਤਾਂ ਜਾਣਾ ਬਹੁਤ ਮੁਸ਼ਕਿਲ, ਬਹੁਤ ਡਰ ਲੱਗ ਰਿਹਾ ਜੀ। ਡਰ ਗਈ, ਸਿਰਫ ਤੁਹਾਨੂੰ ਵਿਊ ਵਿਖਾਉਣ ਵਾਸਤੇ ਮੈਂ ਉੱਥੇ ਜਾ ਰਿਹਾ, ਤੇ ਮੇਰੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਦਿਓ, ਮਿੰਟ ਲਓ। ਬਹੁਤ ਸ਼ੁਕਰੀਆ। ਮੈਂ ਤੁਹਾਡੇ ਬਾਪ ਦਾ ਨੌਕਰ ਨਹੀਂ ਹਾਂ। ਉਹ ਥੱਲੇ ਵੇਖੋ ਜੀ, ਕਿੰਨਾ ਕਿੰਨੀ ਗਹਿਰਾਈ ਹੈ, ਅੱਲਾ, ਉਹ ਕਿੱਥੋਂ ਅਸੀਂ ਚੜੇ ਆਣੇ, ਉਹ ਜੀਪ ਜਾਂਦੀ ਵੀ ਸਾਹਮਣੇ। ਹਾਏ, ਇੱਥੇ ਜੀਪ ਰੁਕ ਗਈ ਹੈ ਜੀ, ਦੁਆ ਕਰੋ ਅੱਲਾ ਖੈਰੀ ਸਲਾਮਤੀ ਤੁਹਾਨੂੰ ਲਿਜਾਵੇ ਤੇ ਖੈਰੀ ਸਲਾਮਤੀ ਲਿਆਵੇ। ਹੁਣ ਆਈ ਸਾਹਿਬ ਨੇ ਜੀਪ ਦਾ 4x4 ਲਾ ਦਿੱਤਾ, ਕਿਉਂਕਿ ਚੜਾਈ ਬਹੁਤ ਜ਼ਿਆਦਾ ਹੈ। ਇਹ ਜੀਪਾਂ ਦੀ ਜੀ ਟਰੈਕਟਰਾਂ ਵਾਲੇ ਇੰਜਨ ਰੱਖੇ ਹੋਏ ਨੇ। ਅਗਰ ਤੁਸੀਂ ਰੋਟੀ ਰਾਟੀ ਖਾ ਕੇ ਸੈਫਲ ਮੁੱਲੋ ਜਾਣਾ ਤੇ ਹਰਗਜ਼ ਨਹੀਂ ਜਾਣਾ, ਕਿਉਂਕਿ ਸਾਰਾ ਹਜ਼ਮ ਹੋ ਜਾਣਾ ਹੈ। ਹਜ਼ਮ ਕੀ ਬਾਹਰ ਆ ਜਾਣਾ, ਅਸੀਂ ਤਾਂ ਆਪ ਵੀ ਇਸ ਸੱਜਣ ਕੋ ਕਿਆ ਤਕਲੀਫ ਹੈ ਭਾਈ? ਆਹ ਵੇਖੋ ਜੀ, ਟੂਰਿਸਟ ਵੀ ਆਏ ਹੋਏ ਨੇ ਮੋਟਰਸਾਈਕਲਾਂ ਤੇ, ਉਹ ਜਾ ਰਹੇ ਨੇ ਜੀ, ਕਿਆ ਬਾਤ ਹੈ ਨਾਲ। ਮੌਸਮ ਇੱਥੇ ਅੱਛਾ ਜੀ, ਧੁੱਪ ਹੈਗੀ ਹੈ, ਧੁੱਪ ਵੀ ਇੱਥੇ ਬੜੀ ਬਿਹਤਰੀਨ ਲੱਗ ਰਹੀ ਹੈ, ਕਿਉਂਕਿ ਸਰਦੀ ਹੈ ਨਾ ਇੱਥੇ। ਇੱਕ ਤਾਂ ਖੱਡੇ ਬਹੁਤ ਨੇ, ਕਿਆ ਤਕਲੀਫ ਹੈ ਇਨਕੋ? ਅਸੀਂ ਰਸਤੇ 'ਚ ਰੁਕੇ ਜੀ, ਇੱਥੇ ਅਜੀਬ ਰੁਕੀ ਹੈ, ਮਾਸ਼ਾਅੱਲਾ ਤੁਸੀਂ ਵਿਊ ਵੇਖੋ ਜੀ, ਪਹਾੜਾਂ ਦੇ ਵਿੱਚ ਅਸੀਂ ਇਸ ਟਾਈਮ ਖੜੇ ਹਾਂ, ਇੱਥੇ ਰੁਕੇ ਹਾਂ ਜੀ ਪਹਾੜ ਦੇ ਉੱਤੇ ਚੜੇ, ਤੇ ਬਹੁਤ ਹੀ ਅੱਛਾ ਮਨਾਜ਼ਰ। ਉਹ ਪਿੱਛੇ ਸਾਡੀ ਜੀਪ ਖਲੀ, ਤੇ ਇੱਥੇ ਹੁਣ ਚੱਲਣੇ ਅੱਗੇ ਜੀਪ ਝੀਲ ਦੀ ਤਰਫ, ਬਹੁਤ ਅੱਛਾ ਲੱਗੇਗਾ। ਚੌਧਰੀ ਸਾਹਿਬ ਕਿੱਥੇ ਖਲੇ ਜੇ? ਇੱਥੇ ਤੁਸੀਂ ਮਾਹੌਲ ਵੇਖੋ, ਹਾਂ ਇੱਥੇ ਬੰਦੇ ਰਹਿੰਦੇ ਨੇ, ਰਹਿਸ਼ ਹੈਗੀ, ਚਸ਼ਮਾ ਆ ਰਿਹਾ, ਪਾਣੀ ਪੀਨੇ, ਬਹੁਤ ਠੰਡਾ ਪਾਣੀ ਜੀ, ਬਹੁਤ ਜ਼ਿਆਦਾ ਠੰਡਾ। ਜੀ ਇੱਥੇ ਅਸੀਂ ਛੋਟਾ ਜਿਹਾ ਗਲੇਸ਼ੀਅਰ ਕ੍ਰੋਸ ਕੀਤੀ ਜਾਂਦੇ, ਅਤੇ ਇੱਥੇ ਆਪਾਂ ਆਪਣੀ ਵੀਡੀਓ ਨੂੰ ਖਤਮ ਕਰ ਰਹੇ ਹਾਂ, ਕਿਉਂਕਿ ਵੀਡੀਓ ਕਾਫੀ ਜ਼ਿਆਦਾ ਲੰਮੀ ਹੋਈ ਖਲੀਏ। ਤੁਸੀਂ ਉਨੀ ਦੇਰ ਖੂਬਸੂਰਤ ਜਿਹੇ ਮਨਾਜ਼ਰ ਵੇਖੋ ਮਾਸ਼ਾਅੱਲਾ, ਅਤੇ ਜੀਲ ਸੈਫਲ ਮੁਲੂਕ ਇਨਸ਼ਾਅੱਲਾ ਤੁਹਾਨੂੰ ਅਗਲੀ ਵੀਡੀਓ 'ਚ ਦਿਖਾ ਸਕ, ਕਿਉਂਕਿ ਇਹ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਗਈ ਹੈ। ਇਸ ਟਾਈਮ ਅਸੀਂ ਜੀਲ 'ਤੇ ਪਹੁੰਚੇ ਖਲੇ, ਬਸ ਥੋੜ੍ਹਾ ਜਿਹਾ ਸਫ਼ਰ ਰਹਿ ਗਿਆ। ਉਹ ਸਾਹਮਣੇ ਦੇਖੋ ਜੀ, ਅਸੀਂ ਜੀਲ 'ਤੇ ਅਲਹਮਦੁਲਿਲਾ ਪਹੁੰਚੇ ਹਾਂ, ਲੇਕਿਨ ਤੁਹਾਨੂੰ ਇਨਸ਼ਾਅੱਲਾ ਅਗਲੀ ਵੀਡੀਓ 'ਚ ਵਿਖਾ ਸਕ, ਕਿਉਂਕਿ ਇਹ ਵੀਡੀਓ ਕਾਫੀ ਲੰਬੀ ਹੋਈ ਖਲੀਏ। ਅਤੇ ਮੈਂ ਉਮੀਦ ਕਰ ਰਿਹਾ ਤੁਹਾਨੂੰ ਮੇਰੀ ਇਹ ਵੀਡੀਓ ਅੱਛੀ ਲੱਗੀ ਹੋਵੇਗੀ, ਅਗਰ ਮੇਰੀ ਵੀਡੀਓ ਅੱਛੀ ਲੱਗੀ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਅਤੇ ਮਿਲਾਂਗੇ ਹੁਣ ਇਨਸ਼ਾਅੱਲਾ ਅਗਲੀ ਵੀਡੀਓ ਵਿੱਚ। ਉਦੋਂ ਤੱਕ ਲਈ ਅੱਲਾ ਹਾਫਿਜ਼, ਮੈਨੂੰ ਆਪਣੇ ਦੁਆਵਾਂ ਯਾਦ ਰੱਖਿਓ, ਹੱਸਦੇ ਰਹੋ ਅਤੇ ਵੱਸਦੇ ਰਹੋ, ਅੱਲਾ ਹਾਫਿਜ਼।